ਪਾਪਾ ਨੂੰ ਕਿਸੇ ਯਾਰ ਫੋਨ ਆਇਆ ਕਿਸੇ ਦਾ ਵੀ ਇੱਦਾਂ ਦਾ ਕਰਕੇ ਵੀ ਆਹ ਗੱਲ ਆਇਆ ਤੁਹਾਡੇ ਮੁੰਡਾ ਤਾਂ ਕੰਜਰਖਾਨਾ ਕਰਦਾ ਫਲਾਨਾ ਕਰਦਾ ਦੇਖ ਦੋਸਤੋ ਸਿੱਧੂ ਮੂਸੇਵਾਲਾ ਦੁਆਰਾ ਆਪਣੇ ਗੀਤ ਅੜਬ ਮਟਿਆਰਾਂ ਦੇ ਵਿੱਚ ਮਾਈ ਭਾਗੋ ਜੀ ਦਾ ਨਾਮ ਲੈਣ ਕਰਕੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਅਤੇ ਖਾਸ ਗੱਲ ਦੋਸਤੋ ਇਹ ਕਿ ਸਿੱਧੂ ਮੂਸੇਵਾਲਾ ਦੁਆਰਾ ਵਾਰ ਵਾਰ ਮਾਫ਼ੀ ਮੰਗੇ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਫੈਨ ਅਤੇ ਸਿੱਖ ਜਥੇਬੰਦੀਆਂ ਅਜੇ ਵੀ ਸਿੱਧੂ ਮੂਸੇਵਾਲਾ ਨੂੰ ਮਾਫ਼ ਕਰਨ ਦੇ ਲਈ ਬਿਲਕੁਲ ਤਿਆਰ ਨਹੀਂ ਦੋਸਤੋ ਆਪਾਂ ਜਾਣਦੇ ਹਾਂ ਕਿ ਸਿੱਖ ਇਤਿਹਾਸ ਦੇ ਵਿੱਚ ਮਾਈ ਭਾਗੋ ਦਾ ਨਾਮ ਬੜੇ ਮਾਣ ਆਦਰ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਸੋ ਦੋਸਤੋ ਇਸੇ ਕਰਕੇ ਜਦੋਂ ਦਾ ਸਿੱਧੂ ਮੂਸੇਵਾਲੇ ਦਾ ਗੀਤ ਲੋਕਾਂ ਦੇ ਸਾਹਮਣੇ ਆਇਆ ਤਾਂ ਲੋਕ ਸਿੱਧੂ ਮੂਸੇਵਾਲੇ ਦਾ ਸਖ਼ਤ ਵਿਰੋਧ ਕਰ ਰਹੇ ਆ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਪਹਿਲਾਂ ਫੈਨ ਹੀ ਸੀ ਹਾਲਾਂਕਿ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਵਾਰ ਵਾਰ ਮਾਫ਼ੀ ਮੰਗੀ ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਵੀ ਲੋਕਾਂ ਤੋਂ ਵਾਰ ਵਾਰ ਮਾਫ਼ੀ ਮੰਗੀ ਪਰ ਲੋਕਾਂ ਦੇ ਵਿੱਚ ਇਹ ਨਿਰਾਸ਼ਾ ਘਟਣ ਦਾ ਨਾਮ ਨਹੀਂ ਲੈ ਰਹੀ ਉਹਨਾਂ ਨੇ ਕਿਹਾ ਕਿ ਇਹ ਵਿਵਾਦ ਉਹਨਾਂ ਦੇ ਯਾਦ ਚੇਤੇ ਨਹੀਂ ਸੀ ਉਹ ਕਾਫ਼ੀ ਲੇਟ ਰਾਤ ਨੂੰ ਆਏ ਅਤੇ ਉਹ ਸੁੱਤੇ ਹੋਏ ਸੀ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਜਗਾਇਆ ਅਤੇ ਪੂਰੀ ਘਟਨਾ ਬਾਰੇ ਦੱਸਿਆ ਜਦੋਂ ਉਹਨਾਂ ਨੇ ਆਪਣਾ ਫੋਨ ਚੈੱਕ ਕੀਤਾ ਤਾਂ ਲੋਕਾਂ ਦੇ ਕਾਫ਼ੀ ਮੈਸੇਜ ਆਏ ਹੋਏ ਸੀ ਕਿ ਇਹ ਤੂੰ ਗਲਤ ਕੀਤਾ ਉਹਨਾਂ ਦੇ ਫਾਦਰ ਸਾਹਿਬ ਨੂੰ ਕਿਸੇ ਨੇ ਫੋਨ ਕੀਤਾ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੇ ਮੁੰਡੇ ਨੇ ਕੀ ਕੰਜਰਾਂ ਵਾਲਾ ਕੰਮ ਕੀਤਾ ਜਿਸ ਕਰਕੇ ਸਿੱਧੂ ਮੂਸੇਵਾਲਾ ਕਾਫ਼ੀ ਸੈਡ ਦਿਖਾਈ ਦਿੰਦੇ ਸੀ ਸੋ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੀ ਸਿੱਧੂ ਮੂਸੇਵਾਲੇ ਦੇ ਵਾਰ ਵਾਰ ਮਾਫ਼ੀ ਮੰਗਣ 'ਤੇ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਜਾਂ ਤੁਸੀਂ ਸੋਚਦੇ ਹਾਂ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਗਲਤੀ ਆ ਉਹ ਮਾਫ਼ੀ ਦੇ ਕਾਬਲ ਨਹੀਂ ਇੱਕ ਕਮੈਂਟ ਜ਼ਰੂਰ ਕਰਨਾ ਇਸ ਤੋਂ ਆਪਾਂ ਨੂੰ ਪਤਾ ਲੱਗੂ ਕਿ ਤੁਹਾਡੇ ਵਿਚਾਰ ਇਸ ਬਾਰੇ ਕੀ ਆ ਥੈਂਕ ਯੂ ਸੋ ਮੱਚ